ਦੋਸਤੋ ਕੈਂਬੀ ਰਾਜਪੁਰੀਆ ਜੋ ਕਿ ਮਾਨ ਸਾਹਿਬ ਦਾ ਬਹੁਤ ਵੱਡਾ ਫੈਨ ਹੈ ਅਤੇ ਜੋ ਕਿ ਆਪਣੇ ਗਾਣੇ ਖੁਦ ਹੀ ਲਿਖਦਾ ਹੈ, ਉਸਨੇ ਮਾਨ ਸਾਹਿਬ ਲਈ ਸ਼ਾਇਰੀ ਲਿਖੀ ਸੀ ਅਤੇ ਜਿਸ ਨੂੰ ਕਿ ਕਿਸੇ ਵੱਲੋਂ ਕਾਪੀ ਕਰ ਲਿਆ ਗਿਆ ਸੀ। ਉਹ ਸ਼ਾਇਰੀ ਕੀ ਸੀ ਉਸ ਵੀਡੀਓ ਦੇ ਨਾਲ ਹੀ ਤੁਹਾਨੂੰ ਕੈਂਬੀ ਰਾਜਪੁਰੀਆ ਵੱਲੋਂ ਮਾਨ ਸਾਹਿਬ ਦਾ ਪੱਕੀ ਕਣਕ ਨੂੰ ਅੱਗ ਲੱਗ ਜਾਊਗੀ ਗਾਣਾ ਵੀ ਸੁਣਾਵਾਂਗੇ। ਤਾਂ ਚਲੋ ਦੋਸਤੋ ਬਿਨਾਂ ਟਾਈਮ ਵੇਸਟ ਕੀਤੇ ਲੈ ਚੱਲਦੇ ਹਾਂ ਤੁਹਾਨੂੰ ਉਸ ਵੀਡੀਓ ਵੱਲ। 3 ਸਾਲ ਪਹਿਲਾਂ ਮੈਂ ਸਟੇਟਸ ਪਾਇਆ ਸੀ ਮੁੜ ਕੇ ਲੈਣਾ ਚੋਰੀ ਹੋ ਗਈਆਂ, ਅੱਜ ਸੋਚਿਆ ਬੋਲ ਕੇ ਪਾਦਾ। ਕਹਿੰਦਾ ਜਿਗਰੇ ਦੀ ਗੱਲ ਕੀ ਤੂੰ ਕਰੇ ਬੱਲੀਏ, ਹਿੱਕ ਵਿੱਚ ਜ਼ੋਰ ਪੂਰਾ ਸਾਨ ਵਰਗਾ, ਗੱਲ ਗੱਲ ਉੱਤੇ ਮਨਾਂ ਲੜਿਆ ਨਾ ਕਰ, ਸੁਭਾਅ ਮੇਰਾ ਕੱਬਾ ਬੱਬੂ ਮਾਨ ਵਰਗਾ। ਮੱਚ ਕੁੜੀਏ ਨੀ ਪੱਕੀ ਕਣਕ ਨੂੰ ਅੱਗ ਲੱਗ ਜਾਊਗੀ ਮਨ ਦੋਸਤੋ ਕੈਂਬੀ ਰਾਜਪੁਰੀਆ ਮਾਨ ਸਾਹਿਬ ਦਾ ਬਹੁਤ ਵੱਡਾ ਫੈਨ ਹੈ ਤੇ ਉਹ ਅਕਸਰ ਲਾਈਵ ਹੋ ਕੇ ਮਾਨ ਸਾਹਿਬ ਦਾ ਕੋਈ ਨਾ ਕੋਈ ਗੀਤ ਗਾਉਂਦਾ ਹੀ ਰਹਿੰਦਾ ਹੈ। ਕੈਂਬੀ ਰਾਜਪੁਰੀਆ ਵੱਲੋਂ ਮਾਨ ਸਾਹਿਬ ਲਈ ਲਿਖੀ ਸ਼ਾਇਰੀ ਦੀ ਗੱਲ ਕਰੀਏ ਤਾਂ ਇਹ ਸ਼ਾਇਰੀ ਨੂੰ ਕੈਂਬੀ ਨੇ ਫੇਸਬੁੱਕ ਉੱਪਰ ਪੋਸਟ ਕਰ ਦਿੱਤਾ ਸੀ ਤੇ ਜਿਸ ਤੋਂ ਬਾਅਦ ਇਹ ਸ਼ਾਇਰੀ ਕਿਸੇ ਨੇ ਕਾਪੀ ਕਰ ਲਈ ਸੀ। ਦੋਸਤੋ ਵੈਸੇ ਤਾਂ ਮਾਨ ਸਾਹਿਬ ਦੇ ਵੱਡੇ ਵੱਡੇ ਸੁਪਰਸਟਾਰ ਤੱਕ ਫੈਨ ਨੇ, ਪਰ ਇਹਨਾਂ ਫੈਨਸ ਦੀ ਲਿਸਟ ਵਿੱਚ ਕੈਂਬੀ ਰਾਜਪੁਰੀਆ ਵੀ ਆਉਂਦਾ ਹੈ। ਤੇ ਕੈਂਬੀ ਵੱਲੋਂ ਮਾਨ ਸਾਹਿਬ ਦਾ ਗਾਇਆ ਗਾਣਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।